हाँ जी, सत श्री अकाल जी सारे नूं। की हाल चाल ने जी? अपनी कवेरी बीमार हो गई सी बहुत ज़्यादा, ड्रिपां वगैरह लवाइया ने, हुण इहदे मूड बड़ा खराब सी अज मेरा, पर हुण ठीक हो गई। गाले पै गई इह ते मैं तां करके सोचा चलो भी वीडियो बना लईए इहदी। पता लग गया तैनूं वीडियो बन रही है तेरी? मोक बहुत भैड़ी लग गई सी इहनूं, पानी मारन लग गई सी बिल्कुल। ਅਤੇ ਹੁਣ ਡ੍ਰਿਪਾਂ ਲਵਾਈਆਂ ਨੇ, ਠੀਕ ਆ ਪਹਿਲਾਂ ਨਾਲੋਂ ਹਾਲਤ ਇਹਦੀ ਕਾਫੀ। ਅਤੇ ਆ ਜਾਓ, ਤੁਹਾਨੂੰ ਨਾਲੇ ਬਾਕੀ ਆਪਣੇ ਘੋੜੇ ਘੋੜੀਆਂ ਦਿਖਾ ਦਾਂ। ਹੁਣ ਸੈਟਾਂ ਕਵੇਰੀ ਹੁਣ, ਅਤੇ ਇਹਦਾ ਮਾਲਕ ਗਿਆ ਹੋਇਆ ਛੁੱਟੀਆਂ ਕੱਟਣ ਆਪਦੇ ਨਾਨਕੇ ਪਿੰਡ, ਨਹੀਂ ਤਾਂ ਇਹਦੀ ਬਹੁਤ ਕੇਅਰ ਕਰਦਾ ਹੁੰਦਾ ਉਹ। ਵੈਸੇ ਉਹਨੂੰ ਜਦ ਪਤਾ ਲੱਗੂ ਵਰੀ ਤਾਂ ਬਹੁਤ ਹੁੰਦੀ ਹੈ ਇਹਦੇ ਬਾਰੇ ਉਹ। ਅਤੇ ਹੁਣ ਠੀਕ ਆ ਆਪਣੀ ਕਵੇਰੀ। ਅੱਜ ਬਾਈ ਹਰਵਿੰਦਰ ਵੀ ਪਹੁੰਚਿਆ ਹੋਇਆ, ਪੈਰ ਬਣਵਾ ਰਹੇ ਹਾਂ ਭਗਤ ਜੀ ਦੇ। 2 ਮਹੀਨੇ ਦੇ ਨੇੜ ਤੇੜ ਸਮਾਂ ਹੋ ਗਿਆ, ਵੈਸੇ ਬਣਾ ਦੇਣੇ ਚਾਹੀਦੇ ਹੁੰਦੇ ਪੈਰ ਆਪਾਂ ਨੂੰ। ਪੈਰਾਂ ਵਾਲੀ ਵੀਡੀਓ ਵੀ ਮੈਂ ਅਲੱਗ ਤੋਂ ਇੱਕ ਕਰੂੰਗਾ। ਪੈਰ ਬਹੁਤ ਸਾਫ਼ ਕਰਿਆ, ਪੈਰ ਤਾਂ ਰੋਜ਼ ਹੀ ਬਾਈ ਫਿਰ ਸਾਫ਼ ਕਰਨਾ ਮੈਂ। ਪੈਰ ਤਾਂ ਫਿਰ ਰੋਜ਼, ਪਤਾ ਗੱਲ ਹਰਵਿੰਦਰ ਕੀ ਚੱਕਰ ਕਰਦੇ ਆ, ਰਾਤ ਨੂੰ ਘੋੜਾ ਕੱਚੇ ਤੇ ਹੁੰਦਾ, ਸਵੇਰੇ ਜਦ ਉਰੇ ਬੰਨਣਾ ਪੈਰ ਸਾਫ਼ ਕਰਨੇ ਨੇ, ਕਈ ਵਾਰ ਧੋ ਵੀ ਦਿੰਦਾ ਹੁੰਦਾ ਮੈਂ। ਉਹੀ ਹੈ ਵੀਰੇ, ਜ਼ਰੂਰੀ ਹੁੰਦਾ। ਆ ਵੇਖ ਲਓ ਵੀ ਹੁਣ ਬਿਲਕੁਲ ਸਾਫ਼ ਪੈਰ ਪਿਆ, ਹਾਂ ਫਰੋਕ ਜਮੀ ਸੇਮ ਪਈ। ਸਹੀ ਗੱਲ ਆ, ਗੰਦਗੀ 'ਚ ਰਹੂਗੀ ਨਾ, ਖਰਾਬ ਪਾਣੀ ਲੱਗਣੀ ਗਲ ਜਾਊਗੀ। ਆ ਵੇਖ ਲਓ ਵੀ ਕੋਈ ਮਾੜਾ ਮੋਟਾ ਮਾਰ ਕੇ ਪਾਣੀ ਛੱਡਦੇ ਨੇ, ਹੈ ਨਾ, ਬਿਲਕੁਲ ਨਾ। ਮੈਂ ਬੁਰਸ਼ ਮਾਰ ਦਿੰਦਾ ਜਿਹੜਾ ਆਪਣਾ ਦੂਜਾ ਹੁੰਦਾ ਬਈ। ਪੈਰਾਂ ਦੀ ਜਾਨਵਰ ਆ, ਪਹਿਲਾਂ ਨਾਲੋਂ ਤਾਂ ਬਹੁਤ ਫਰਕ ਪੈ ਗਿਆ ਬਈ ਘੋੜੇ ਦੇ ਪੈਰਾਂ ਦਾ, ਹੈ ਨਾ, ਬਹੁਤ ਕੇਅਰ ਕਰੀ ਆ। ਅਤੇ ਆਪਾਂ ਉਹ ਵੀ ਬਣਾਵਾਂਗੇ ਇਹਦੀ, ਪੈਰਾਂ ਦੀ ਵੀਡੀਓ ਵੀ ਪੈਰ ਕਿਵੇਂ ਬਣਦੇ ਆਪਣੇ ਘੋੜੇ ਦੇ। ਅਤੇ ਜ਼ਾਰਾ ਦੇ ਵੀ ਪੈਰ ਬਣਵਾਵਾਂਗੇ ਆਪਾਂ। ਜ਼ਾਰਾ ਦੇ ਪੈਰ ਥੋੜ੍ਹੇ ਜਿਹੇ ਜ਼ਿਆਦਾ ਖਰਾਬ ਹੋ ਗਏ, ਟੁੱਟ ਗਏ। ਉਹਦਾ ਕਾਰਨ ਇਹ ਰਿਹਾ ਵੀ ਪਹਿਲਾਂ ਆਪਾਂ ਨੇ ਖੁਰੀ ਲਵਾਈ ਨਹੀਂ ਹੈਗੀ, ਇਹਦਾ ਟਾਈਮ ਲੰਘ ਗਿਆ ਜ਼ਿਆਦਾ, 3 ਮਹੀਨਿਆਂ ਤੋਂ ਉੱਪਰ ਹੋ ਗਏ। ਇਸ ਕਰਕੇ ਜਿਹੜੇ ਪੈਰ ਬਣਵਾਉਂਦੇ ਹਾਂ ਆਪਾਂ ਆਪਣੇ ਘੋੜਿਆਂ ਦੇ, 1.5 ਤੋਂ 2 ਮਹੀਨੇ ਦੇ ਵਿੱਚ ਵਿੱਚ ਘੋੜੇ ਦੇ ਪੈਰ ਬਣ ਜਾਣੇ ਚਾਹੀਦੇ ਨੇ, ਚੰਗੇ ਰਹਿੰਦੇ ਨੇ। ਜੇ ਕਈ ਭਰਾ ਖੁਰੀ ਨਹੀਂ ਲਵਾਉਂਦੇ, ਕੱਚੇ ਰਸਤੇ ਨੇ ਤੋਰਦੇ ਨੇ, ਤਾਂ ਉਹ ਵੀ ਥੋੜ੍ਹਾ ਜ਼ਿਆਦਾ ਟਾਈਮ ਲੰਘ ਜਾਂਦਾ ਵੀ ਭਾਵੇਂ ਨਾ ਬਣਵਾਓ। ਪਰ ਜ਼ਾਰਾ ਪੈਰ ਜ਼ਿਆਦਾ ਤੋੜਦੀ ਹੈ ਥੱਲੇ ਮਾਰ ਕੇ, ਇਸ ਕਰਕੇ ਇਹ ਖੁਰੀ ਜਲਦੀ ਘਸਾ ਜਾਂਦੀ ਹੈ ਥੋੜ੍ਹਾ ਜਿਹਾ। ਹਾਂ ਪੁੱਤਰ ਜੀ, ਇਹ ਜਲਦੀ ਪੈਰ ਘਸਾ ਜਾਂਦੇ ਆ। ਹੁਣ ਵੀ ਇਹਨੇ ਖੁਰੀ ਜਿਹੜੀ ਮੂਹਰੋਂ ਘਸਾ ਤੀ, ਖੁਰੀ ਦੇ 2 ਫਾੜ ਹੋ ਗਏ, ਇੱਕ ਸਾਈਡ ਤੋਂ ਟੁੱਟ ਗਈ ਖੁਰੀ, ਇੱਕ ਸਾਈਡ ਤੋਂ ਬਾਹਰ ਆ ਗਈ। ਅਤੇ ਹੁਣ ਦੇਖਦੇ ਹਾਂ, ਭਗਤ ਤੰਗ ਕਰ ਰਿਹਾ, ਹਾਂ ਭਗਤ ਐਂ ਨਾ ਕਰ ਯਾਰ, ਤੂੰ ਹੁਣ ਜਾਣ 'ਚ ਸਾਨੂੰ ਪਤਾ ਹੈ। ਹੁਣ ਤਾਂ ਸਵਾਰੀ ਦੇ ਵੀ ਫਕਾਰੇ ਮਾਰਦਾ ਜਾਂਦਾ ਹੁੰਦਾ ਇਹ, ਵੀ ਛੱਡੋ ਕਿਰਾ ਨਾ ਪੱਤੋ ਏ ਭਗਤ ਜੀ, ਐਂ ਨਾ ਕਰੋ ਤੁਸੀਂ, ਆਪਦੇ ਨਾਂ ਤੇ ਬਣੇ ਰਹੋ ਭਗਤ। ਪ੍ਰਿੰਸ ਦਾ ਪੁੱਤ ਡੋਡਾ ਵਾਲੇ ਦਾ। ਓਕੇ ਜੀ, ਧੰਨਵਾਦ ਸਾਰਿਆਂ ਦਾ ਵੀਡੀਓ ਦੇਖਣ ਵਾਸਤੇ। ਆਪਾਂ ਪੈਰਾਂ ਦੀ ਵੀਡੀਓ ਵੀ ਬਣਾਵਾਂਗੇ ਇਹਨਾਂ ਦੀ, ਵੀ ਕਿਵੇਂ ਪੈਰ ਬਣਦੇ ਆ ਅਤੇ ਆਪਾਂ ਕਿਵੇਂ ਸਾਂਭ ਕਰ ਸਕਦੇ ਹਾਂ ਘੋੜੇ ਦੇ ਪੈਰਾਂ ਦੀ। ਧੰਨਵਾਦ ਜੀ।